ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਦਿੱਲੀ ਦੇ ਕਥਿਤ ਸ਼ਰਾਫ ਘਟਾਲੇ ਚ ਕੇਜਰੀਵਾਲ ਬਾਦ ਮਾਨ ਸਰਕਾਰ ਨੂੰ ਪਾਇਆ ਹੱਥ ਕੇਜਰੀਵਾਲ ਨੂੰ ਸੀਐਮ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ ਕੇਜਰੀਵਾਲ ਨੇ ਅਦਾਲਤ 'ਚ ਜੱਜ ਨੂੰ ਕੀਤੀ ਖਾਸ ਅਪੀਲ ਅਤੇ ਈਡੀ ਦੀ ਕਰਾਈ ਬੋਲਤੀ ਬੰਦ ਪੰਜਾਬ ਦੀ ਸਿਆਸਤ ਨੂੰ ਲੈ ਕੇ ਮੁਰ ਤੋਂ ਵੱਡੀ ਖਬਰ ਮਾਫੀਆ ਡਾਉਣ ਮੁਖ्तार ਅंसारी ਦੀ ਹੋਈ ਮੌਤ ਮਨਪ੍ਰੀਤ ਬਾਦਲ ਵੱਲੋਂ ਵੀ ਹੱਥ ਖੜੇ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਦਾਲਤੀ ਕਾਰਵਾਈ ਦੀ 28 ਮਾਰਚ ਦਾ ਦਿਨ ਮੁਕਰਰ ਕੀਤਾ ਹੋਇਆ ਸੀ ਕਿ ਉਸ ਦਿਨ ਕੇਜਰੀਵਾਲ ਦੀ ਪੇਸ਼ੀ ਹੋਏਗੀ ਤੇ ਅਦਾਲਤ ਨੇ ਫਿਰ ਤੋਂ ਝਟਕਾ ਦਿੱਤਾ ਹੁਣ 1 April ਤੱਕ ਭਾਵ 4 ਦਿਨਾਂ ਦਾ ਕੇਜਰੀਵਾਲ ਦਾ ਰਿਮਾਂਡ ਵਧਾ ਦਿੱਤਾ ਗਿਆ ਈਡੀ ਨੇ ਪੁੱਛਗਛ ਵਾਸਤੇ 6 ਦਿਨਾਂ ਦੇ ਰਿਮਾਂਡ ਦੀ ਹੋਰ ਮੰਗ ਕੀਤੀ ਸੀ ਰਿਮਾਂਡ ਤੇ ਬਹਿਸ ਹੋਈ ਬਹਿਸ ਦੇ ਦੌਰਾਨ ਅਸਲ ਦੇ ਵਿੱਚ ਇਹ ਸੇਕ ਹੁਣ ਦਿੱਲੀ ਤੋਂ ਬਾਅਦ ਪੰਜਾਬ ਦੀਆਂ ਬਰੂਹਾਂ ਤੇ ਆ ਗਿਆ ED ਨੇ ਪੰਜਾਬ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਵੀ ਵੱਡਾ ਦਾਵਾ ਕਰ ਦਿੱਤਾ ਹੈ ਤੇ ਲੱਗਦਾ ਉਹ ਪੰਜਾਬ ਸਰਕਾਰ ਉਚੇਚੇ ਤੌਰ ਤੇ ਭਗਵੰਤ ਮਾਨ ਦੀ ਨੀਂਦ ਅਡਾਉਣ ਵਾਲਾ ਹੈ ED ਨੇ ਕੇਜਰੀਵਾਲ ਦਾ ਰਿਮਾਂਡ ਹਾਸਲ ਕਰਨ ਦੇ ਵਕਤ ਇਹ ਕਿਹਾ ਕਿ ਅਸੀਂ ਪੰਜਾਬ ਦੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਪੁੱਛਗਛ ਵਾਸਤੇ ਸੱਮਨ ਜਾਰੀ ਕੀਤਾ ਹੈ ਭਾਵ ਹੁਣ ਪੰਜਾਬ ਦੀ ਜਿਹੜੀ ਐਕਸਾਈਜ਼ ਪਾਲਿਸੀ ਹੈ ਉਹ ਵੀ ED ਦੇ ਰੈਡਾਰ ਤੇ ਆ ਗਈ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਤੁਹਾਨੂੰ ਸ਼ਾਦੀ ਆਦ ਹੋਣਾ ਕੁਝ ਦਿਨ ਪਹਿਲਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਸੀ ਕਿ ਪੰਜਾਬ ਦੇ ਐਕਸਾਈਜ਼ ਅਫਸਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇ ਉਹਨਾਂ ਦਾ ਕਹਿਣਾ ਸੀ ਕਿ ਦਿੱਲੀ 'ਚ ਤਾਂ ਘੁਟਾਲੀ ਹੋਈ ਹੈ ਅਸਲ ਦੇ ਵਿੱਚ ਵੱਡਾ ਘੁਟਾਲਾ ਤਾਂ ਪੰਜਾਬ 'ਚ ਹੋਇਆ ਹੈ ਤੇ ਕਾਂਗਰਸ ਦੇ ਵਿਧਾਇਕ ਨੇ ਸੁਖਪਾਲ ਖੈਰਾ ਖੈਰਾ ਸਾਹਿਬ ਨੇ ਵੀ ਬੀਤੇ ਦਿਨੀ ਐਕਸਾਈਜ਼ ਕਮਿਸ਼ਨਰ ਦੇ ਖਿਲਾਫ ਈਡੀ ਦੇ ਵੱਲੋਂ ਤੇ ਦੂਸਰੇ ਪਾਸੇ ਅਮਰੂਦ ਘੁਟਾਲੇ ਦੀ ਜਿਹੜੀ ਰੇਡ ਚੱਲ ਰਹੀ ਸੀ ਉਸ ਵਕਤ ਕਿਹਾ ਸੀ ਕਿ ਇਧਰਲੇ ਪਾਸੇ ਨਾਲ ਅਕਸਾਈਜ਼ ਪਾਲਸੀ ਦੀ ਵੀ ਜਾਂਚ ਕੀਤੀ ਜਾਵੇ ਦੱਸਣਾ ਬਣਦਾ ਹੈ ਕਿ ਜਿਹੜਾ ਅਮਰੂਦ ਘਟਾਲਾ ਹੈ ਉਹ ਕਾਂਗਰਸ ਸਰਕਾਰ ਵਕਤ ਹੋਇਆ ਸੀ ਅਤੇ ਉਹਦੀਆਂ ਵੀ ਨਿੱਤ ਪ੍ਰਤੀ ਦਿਨ ਪਰਤਾ ਖੁੱਲ੍ਹਦੀਆਂ ਜਾ ਰਹੀਆਂ ਨੇ ਤੇ ਲੱਗਦਾ ਹੈ ਕਿ ਹੁਣ ਅਗਲਾ ਨੰਬਰ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਦਾ ਲੱਗਣ ਵਾਲਾ ਤੇ ਆਉਣ ਵਾਲੇ ਦਿਨਾਂ 'ਚ ਇਹਨਾਂ ਦੇ ਨੰਮ ਦੇ ਕਸੇ ਜਾਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਉਮੀਦ ਹੈ ਕਿ ਆਮ ਆਦਮੀ ਪਾਰਟੀ ਦੀਆਂ ਹੋਰ ਮੁਸ਼ਕਲਾਂ ਵਧਣਗੀਆਂ ਤੇ ਹੁਣ ਗੱਲ ਕਰਦੇ ਆ ਬਹੁਤ ਚਰਚਿਤ ਅਮਰੂਦ ਘਟਾਲੇ ਦੀ ਇਸ ਕਪੜੇ ਦੇ ਵਿੱਚ ਇਸ ਘਟਾਲੇ ਦੇ ਵਿੱਚ ਵੀ ਈਡੀ ਦੇ ਹੱਥ ਵੱਡੀ ਕਾਮਯਾਬੀ ਲੱਗਣ ਦੀ ਖਬਰ ਹੈ ਈਡੀ ਜਲੰਧਰ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਦੋ ਸੀਨੀਅਰ ਆਈਜੀ ਅਸਧਾਰਕੀਆਂ ਮਾਲ ਅਤੇ ਬਾਗਵਾਨੀ ਵਿਭਾਗ ਦੇ ਅਧਿਕਾਰੀਆਂ ਸਮੇਤ ਭਪਿੰਦਰ ਸਿੰਘ ਅਤੇ ਹੋਰ ਨਿੱਜੀ ਵਿਅਕਤੀਆਂ ਦੇ ਨਾਲ ਸੰਬੰਧਤ 26 ਰਹਿਸ਼ੀਅਤ ਤੇ ਕਾਰੋਬਾਰੀ ਥਾਮਾਂ ਤੇ ਕੱਲ ਛਾਪੇਮਾਰੀ ਕੀਤੀ ਸੀ ਅਮਰੂਦ ਬਾਗ ਮੁਆਵਜ਼ਾ ਘਟਾਲੇ ਦੇ ਸਬੰਧ ਦੇ ਵਿੱਚ ਪੀ ਐਮ ਲਾ 2002 ਦੀਆਂ ਧਾਰਾਵਾਂ ਦੇ ਤਹਿਤ ਫਿਰੋਜ਼ਪੁਰ ਮੁਹਾਲੀ ਬਠਿੰਡਾ ਪਟਿਆਲਾ ਚੰਡੀਗੜ੍ਹ ਬਰਨਾਲਾ ਤੇ ਕਈ ਹੋਰ ਨਾਥਾਵਾਂ ਤੇ ਛਾਪੇਮਾਰੀਆਂ ਕੀਤੀਆਂ ਗਈਆਂ ਜਾਣਕਾਰੀ ਮਿਲੀ ਹੈ ਕਿ ਇਹਨਾਂ ਛਾਪੇਮਾਰੀਆਂ ਦੇ ਦੌਰਾਨ ਵਕਫ ਅਪਰਾਧਿਕ ਸਬੂਤ ਜائਦਾਦਾਂ ਦੇ ਦਸਤਾਵੇਜ਼ ਮੋਬਾਈਲ ਫੋਨ ਅਤੇ ਲਗਭਗ 3 ਕਰੋੜ ਅਤੇ 99 ਲੱਖ ਰੁਪਏ ਦੀ ਨਕਦੀ ਈਡੀ ਦੇ ਹੱਥ ਲੱਗੀ ਹੈ ਤੇ ਹੁਣ ਗੱਲ ਕਰਦੇ ਹਾਂ ਕੇਜਰੀਵਾਲ ਨੂੰ ਸੀਐਮ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਜਾਂ ਨਹੀਂ ਲੱਗਦਾ ਹੈ ਭਾਰਤੀ ਜਨਤਾ ਪਾਰਟੀ ਇਸ ਹੱਦ ਤੱਕ ਜਾਵੇਗੀ ਉਹਦੇ ਕਾਰਨ ਭਾਵੇਂ ਕੁਝ ਵੀ ਬਣਾਏ ਜਾਣ ਕਿਉਂਕਿ ਜਿਹੜੀ ਅਦਾਲਤੀ ਕਾਰਵਾਈ ਹੋਈ ਆ ਅਸਲ ਦੇ ਵਿੱਚ ਉਹ ਸਿੱਧੀ ਨਹੀਂ ਟੇਡੇ ਢੰਗ ਦੇ ਨਾਲ ਉਹਦੇ ਵਿੱਚੋਂ ਇੱਕ ਨਵੀਂ ਗੱਲ ਨਿਕਲ ਕੇ ਸਾਹਮਣੇ ਆਈ ਹੈ ਦਿੱਲੀ ਹਾਈ ਕੋਰਟ ਨੇ ਈਡੀ ਦੇ ਵੱਲੋਂ ਗ੍ਰਿਫਤਾਰ ਕੀਤੇ ਹੋਏ ਨੇ ਕੇਜਰੀਵਾਲ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਦੇ ਵਾਸਤੇ ਇੱਕ ਪਟੀਸ਼ਨ ਪਾਈ ਹੋਈ ਸੀ ਉਸ ਪਟੀਸ਼ਨ ਨੂੰ ਤਾਂ ਰੱਦ ਕਰ ਦਿੱਤਾ ਹੈ ਪਹਿਲੀ ਨਜ਼ਰੇ ਜੇ ਤਾਂ ਪੇਤਲਾ ਜਿਆ ਇਹਦੇ ਤੇ ਧਿਆਨ ਮਾਰਾਂਗੇ ਫਿਰ ਤਾਂ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਜਾਂ ਕੇਜਰੀਵਾਲ ਦੀ ਇੱਕ ਵੱਡੀ ਜਿੱਤ ਹੈ ਜਾਂ ਵੱਡੀ ਰਾਹਤ ਹੈ ਪਰ ਇਹਦੇ ਨਾਲ ਹੀ ਹਾਈ ਕੋਰਟ ਨੇ ਜਿਹੜੀ ਅੱਗੇ ਟਿੱਪਣੀ ਕੀਤੀ ਹੈ ਉਹ ਰਾਹਤ ਤੋਂ ਵੱਧ ਮੁਸੀਬਤ ਵਾਲੀ ਲੱਗ ਰਹੀ ਹੈ ਅਦਾਲਤ ਨੇ ਕਿਹਾ ਕਿ ਇਹ ਕਾਰਜਪਾਲਿਕਾ ਦਾ ਮਾਮਲਾ ਹੈ ਇਹ ਨਿਆਂਪਾਲਿਕਾ ਦਾ ਮਾਮਲਾ ਨਹੀਂ ਉਹਨਾਂ ਨੇ ਇਹ ਕਹਿ ਦਿੱਤਾ ਕਿ ਕਾਨੂੰਨ ਮੁਤਾਬਕ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੇ ਬਣੇ ਰਹਿ ਸਕਦੇ ਐ ਇੱਥੋਂ ਤੱਕ ਤਾਂ ਲੱਗਦੀ ਹੈ ਰਾਹਤ ਮੈਂ ਤੁਹਾਨੂੰ ਬੀਤੇ ਦਿਨੀ ਇਸ ਗੱਲ ਦੇ ਵਾਕਤ ਕਾਨੂੰਨ ਕੀ ਕਹਿੰਦਾ ਉਹ 10 ਵੀ ਦਿੱਤਾ ਸੀ ਕਿ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਨਹੀਂ ਜਾ ਸਕਦਾ ਪਰ ਨਾਲ ਜਿਹੜੀਆਂ ਅਗਲੀਆਂ ਟਿੱਪਣੀਆਂ ਨੇ ਉਹ ਲੱਗਦਾ ਕਿ ਇਹਦਾ ਪੂਰੇ ਤਰੀਕੇ ਨਾਲ ਇਸਤੇਮਾਲ ਕਰੇਗੀ ਕੇਂਦਰ ਸਰਕਾਰ ਜਾਂ ਵੀ ਕੇ ਸਖਸੈਨਾ ਸਾਹਿਬ ਜਿਹੜੇ ਐਲਜੀ ਨੇ ਦਿੱਲੀ ਦੇ ਕਿਉਂਕਿ ਇਹ ਕਿਹਾ ਗਿਆ ਕਿ ਦਿੱਲੀ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਹੈ ਇਸ ਵਾਸਤੇ ਜੇਕਰ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਦੇ ਵਿੱਚ ਉੱਥੇ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਫਿਰ ਜਿਹੜੇ ਐਲਜੀ ਨੇ ਉਪ ਰਾਜਪਾਲ ਨੇ ਤੇ ਇਸ ਵਕਤ ਉਹ ਵਿਜੇ सक्सेना ਨੇ ਵਿਰੇ सक्सेना ਉਹ ਸਾਰਾ ਕੁਝ ਵੇਖ ਸਕਦੇ ਆ ਤੇ ਨਾਲ ਹੀ ਉਹ ਰਾਸ਼ਟਰਪਤੀ ਨਾਲ ਇਹ ਸਮੱਸਿਆ ਤੇ ਗੱਲਬਾਤ ਕਰ ਸਕਦੇ ਆ ਹੁਣ ਉਥੋਂ ਦੇ ਐਲਜੀ ਦਾ ਪਹਿਲਾਂ ਹੀ ਆਖ ਚੁੱਕੇ ਨੂੰ ਤਾਂ ਬਿਆਨ ਦਾਗ ਚੁੱਕਿਆ ਕਿ ਕੇਜਰੀਵਾਲ ਜੇਲ੍ਹ ਦੇ ਵਿੱਚ ਰਹਿ ਕੇ ਸਰਕਾਰ ਚਲਾ ਨਹੀਂ ਸਕਦਾ ਅਦਾਲਤ ਨੇ ਸਿੱਧੇ ਤੌਰ ਤੇ ਸਰਕਾਰ ਚਲਾਉਣ ਦੀ ਭਾਵ ਕੇਜਰੀਵਾਲ ਨੂੰ ਮੁੱਖ ਮੰਤਰੀ ਬਣੇ ਰਹਿਣ ਦੀ ਤਾਂ ਆਗਿਆ ਦੇ ਦਿੱਤੀ ਹੈ ਕਿ ਉਹ ਜੇਲ੍ਹ 'ਚ ਬੈਠ ਕੇ ਸਰਕਾਰ ਚਲਾ ਸਕਦੇ ਆ ਪਰ ਨਾਲ ਜਿਹੜਾ ਐਲਜੀ ਨੂੰ ਇੱਕ ਇਸ਼ਾਰਾ ਕਰ ਦਿੰਦਾ ਹੈ ਕੋ ਰਾਸ਼ਟਰਪਤੀ ਦੇ ਨਾਲ ਇਸ ਮਸਲੇ ਤੇ ਗੱਲਬਾਤ ਕਰਕੇ ਅਗਲਾ ਕੰਮ ਆਪ ਕਰ ਸਕਦੇ ਆ ਭਾਵ ਰਾਸ਼ਟਰਪਤੀ ਐਲਜੀ ਨੂੰ ਸਰਕਾਰ ਚਲਾਉਣ ਦੇ ਸਾਰੇ ਅਧਿਕਾਰ ਦੇ ਸਕਦੇ ਆ ਇਹ ਵੀ ਹੋ ਸਕਦਾ ਹੈ ਕਿ ਐਲਜੀ ਰਾਸ਼ਟਰਪਤੀ ਸ਼ਾਸਨ ਦੀ ਇੱਥੇ ਦਿੱਲੀ ਚ ਸਿਫਾਰਿਸ਼ ਕਰ ਦੇਣ ਹਾਈ ਕੋਰਟ ਦਾ ਫੈਸਲਾ ਕੇਜਰੀਵਾਲ ਦੀ ਅੱਗੇ ਖੂ ਤੇ ਪਿੱਛੇ ਖਾਈ ਵਰਗਾ ਹੈ ਰਾਹਤ ਵੀ ਦਿੱਤੀ ਹੈ ਤੇ ਨਾਲ ਮੁਸੀਬਤ ਵੀ ਹੈ ਹੁਣ ਵੇਖਦੇ ਆ ਕਿ ਜਿਹੜਾ ਇਸ਼ਾਰਾ ਦੇ ਦਿੱਤਾ ਹੈ ਕਿ ਐਲਜੀ ਉਹਦਾ ਕਿਸ ਤਰੀਕੇ ਨਾਲ ਇਸਤੇਮਾਲ ਕਰਦੇ ਨੇ ਪਰ ਉਹਨਾਂ ਦਾ ਬਿਆਨ ਬੀਤੇ 2 ਦਿਨ ਪਹਿਲਾਂ ਆ ਗਿਆ ਸੀ ਕਿ ਦਿੱਲੀ ਦੀ ਸਰਕਾਰ ਜੇਲ੍ਹ ਚੋਂ ਮੈਂ ਚਲਾਉਣ ਨਹੀਂ ਦੇਂਦਾ ਤੇ ਹੁਣ ਗੱਲ ਕਰਦੇ ਆ ਜਦੋਂ ਅਦਾਲਤੀ ਕਾਰਵਾਈ ਸ਼ੁਰੂ ਹੋਈ ਤਾਂ ਉੱਥੇ ਮਾਨਯੋਗ ਅਦਾਲਤ ਨੂੰ ਜੱਜ ਸਾਹਿਬ ਨੂੰ ਅਪੀਲ ਕੀਤੀ ਤੇ ਫਿਰ ਕੇਜਰੀਵਾਲ ਖੁੱਲ ਕੇ ਬੋਲੇ 28 ਮਾਰਚ ਨੂੰ ਉਹਨਾਂ ਦੇ ਜਿਹੜਾ ਰਿਮਾਂਡ ਸੀ ਉਹਦੀ ਮਿਆਦ ਖਤਮ ਹੋਈ ਸੀ ਇਸ ਕਰਕੇ ਉਹਨਾਂ ਨੂੰ ਮਾਨਯੋਗ ਅਦਾਲਤ ਚ ਪੇਸ਼ ਕੀਤਾ ਗਿਆ ਜਦੋਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਈਡੀ ਅਤੇ ਕੇਜਰੀਵਾਲ ਦੋਵਾਂ ਦੇ ਵੱਲੋਂ ਉੱਥੇ ਜੱਜ ਕਬੀਰੀ ਵਿਵੇਜਾ ਦੇ ਸਾਹਮਣੇ ਫਿਰ ਦਲੀਲਾਂ ਪੇਸ਼ ਕੀਤੀਆਂ ਗਈਆਂ ਈਡੀ ਦੇ ਵੱਲੋਂ ਏਐਸਜੀ ਐਸਵੀ ਰਾਜੂ ਨੇ ਅਦਾਲਤ ਦੇ ਵਿੱਚ ਈਡੀ ਦਾ ਪੱਖ ਰੱਖਿਆ ਤੇ ਇਸੇ ਦੌਰਾਨ ਦੂਸਰੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਸੀਨੀਅਰ ਵਕੀਲ ਰਮੇਸ਼ ਗੁਪਤਾ ਅਦਾਲਤ ਦੇ ਵਿੱਚ ਪੇਸ਼ ਹੋਏ ਜਦੋਂ ਮਾਨਯੋਗ ਅਦਾਲਤ ਦੇ ਵਿੱਚ ਸੁਣਵਾਈ ਚੱਲੀ ਤਾਂ ਕੇਜਰੀਵਾਲ ਅਦਾਲਤ ਦੇ ਵਿੱਚ ਖੜੇ ਹੋਏ ਅਤੇ ਉਹਨਾਂ ਨੇ ਮਾਨਯੋਗ ਜੱਜ ਨੂੰ ਅਪੀਲ ਕੀਤੀ। ਉਹਨਾਂ ਕਿਹਾ ਕਿ ਕੇਸ ਦੀ ਸੁਣਵਾਈ ਤੁਸੀਂ ਕਰ ਰਹੇ ਹੋ ਤੇ ਮੈਂ ਆਪਣਾ ਪੱਖ ਵੀ ਰੱਖਣਾ ਚਾਹੁੰਦਾ ਤੇ ਇਸ ਕੇਸ ਦੇ ਬਾਬਤ ਮੈਨੂੰ ਬੋਲਣ ਦੀ ਆਗਿਆ ਦਿੱਤੀ ਜਾਵੇ। ਅਦਾਲਤ ਨੇ ਪਹਿਲਾਂ ਉਹਨਾਂ ਨੂੰ ਲਿਖਤੀ ਬਿਆਨ ਦੇਣ ਵਾਸਤੇ ਆਖਿਆ ਪਰ ਕੇਜਰੀਵਾਲ ਨੇ ਕਿਹਾ ਕਿ ਕਿਰਪਾ ਕਰਕੇ ਮੈਨੂੰ ਬੋਲਣ ਤਾਂ ਦੇ ਦਿਓ ਮੈਨੂੰ ਆਪਣਾ ਪੱਖ ਰੱਖਣ ਦੇ ਦਿਓ। ਇਦੇ ਤੋਂ ਬਾਅਦ ਅਦਾਲਤ ਨੇ ਉਹਨਾਂ ਨੂੰ ਬੋਲਣ ਦੀ ਆਗਿਆ ਦਿੱਤੀ। ਅਦਾਲਤ ਦੇ ਵਿੱਚ ਆਪਣਾ ਪੱਖ ਰੱਖਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਐਸ ਰੈਡੀ ਨੇ ਭਾਜਪਾ ਨੂੰ 55 ਕਰੋੜ ਰੁਪਏ ਦਿੱਤੇ ਨੇ। ਮੇਰੇ ਕੋਲ ਸਬੂਤ ਪਏ ਨੇ ਕਿ ਇਹਨਾਂ ਦਾ ਇੱਕ ਰੈਕਟ ਚੱਲ ਰਿਹਾ ਹੈ। ਮਨੀ ਟ੍ਰੇਲ ਸਥਾਪਿਤ ਕੀਤੀ ਜਾ ਰਹੀ ਹੈ। ਗ੍ਰਿਫਤਾਰ ਹੋਣ ਤੋਂ ਬਾਅਦ ਉਹਨਾਂ ਭਾਜਪਾ ਨੂੰ 50 ਕਰੋੜ ਰੁਪਏ ਦਾਨ ਵਜੋਂ ਦਿੱਤੇ ਆਂ, ਚੰਦਾ ਦਿੱਤਾ। ਉਹ ਕਹਿੰਦੇ ਉਹਦੀ ਫਿਰ ਜਾਂਚ ਕਿਉਂ ਨਹੀਂ ਹੋਣੀ ਚਾਹੀਦੀ? ਕਹਿੰਦੇ ਈਡੀ ਦੇ ਦੋ ਮੁੱਖ ਉਦੇਸ਼ ਨੇ ਇੱਕ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ ਅਤੇ ਇੱਕ ਸਮੋਕ ਸਕਰੀਨ ਬਣਾਉਣਾ ਸ਼ਰਾਬ ਘਟਾਲੇ ਦਾ ਕਹਿੰਦੇ ਮੈਂ ਈਡੀ ਨੂੰ ਪੁੱਛਣਾ ਚਾਹੁੰਦਾ ਕਿ ਦੱਸਿਆ ਜਾਵੇ ਕਿ ਪੈਸਾ ਕਿੱਥੇ ਹੈ 100 ਕਰੋੜ ਰੁਪਏ ਦਾ ਦੋਸ਼ ਲਾਇਆ ਜਾ ਰਿਹਾ ਹੈ ਤੇ ਉਹ 100 ਕਰੋੜ ਹੈ ਕਿੱਥੇ ਉਹਨਾਂ ਨੇ ਜਸਟਿਸ ਸੰਜੀਵ ਖੰਨਾ ਦਾ ਇੱਕ ਹੁਕਮ ਜਿਹੜਾ ਉਹ ਕਹਿੰਦੇ ਉਹਨਾਂ ਦਾ ਹੁਕਮ ਇਹ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹ ਮਾਮਲਾ ਸ਼ੱਕੀ ਲੱਗਦਾ ਹੈ ਰਿਸ਼ਵਤ ਖੋਰੀ ਦੀ ਗੱਲ ਹੀ ਸ਼ੱਕੀ ਹੈ ਕੇਜਰੀਵਾਲ ਨੇ ਅੱਗੇ ਇਹ ਵੀ ਆਖਿਆ ਕਿ ਮੈਂ ਈਡੀ ਦੇ ਰਿਮਾਂਡ ਦਾ ਵਿਰੋਧ ਨਹੀਂ ਕਰਦਾ ਇਹ ਮੈਨੂੰ ਜਿੰਨੇ ਵੀ ਦਿਨ ਰੱਖਣਾ ਚਾਹੁੰਦੇ ਨੇ ਰੱਖ ਲੈਣ ਜੇ ਇਹ ਕਾਪੜਾ ਇਹਨਾਂ ਨੂੰ ਲੱਗਦਾ ਹੈ ਤੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਮੈਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤਾਂ ਕਿ ਕਿਤੇ ਵੀ ਕੋਈ ਕਾਪੜਾ ਹੋਵੇ ਤੇ ਉਹਦੀ ਜਾਂਚ ਬਰੀਕੀ ਨਾਲ ਤੇ ਨਿਰਪੱਖਤਾ ਨਾਲ ਹੋਵੇ ਈਡੀ ਦੀਆਂ ਲੱਗਦਾ ਸੀ ਕਿ ਬੋਲਤੀਆਂ ਬੰਦ ਹੋ ਗਈਆਂ ਫਿਰ ਈਡੀ ਦੇ ਵੱਲੋਂ ਏਐਸਜੀ ਐਸਵੀ ਰਾਜੂ ਅਦਾਲਤ ਵਿੱਚ ਪੇਸ਼ ਹੋਏ ਉਹਨਾਂ ਦਲੀਲ ਆਪਣੀ ਦਿੱਤੀ ਉਹ ਕਹਿੰਦੇ ਆਮ ਆਦਮੀ ਪਾਰਟੀ ਦੇ ਮਾਮਲਿਆਂ ਦਾ ਇੰਚਾਰਜ ਵਿਅਕਤੀ ਹੈ ਆਮ ਆਦਮੀ ਪਾਰਟੀ ਨੂੰ ਇਹ ਪੈਸਾ ਮਿਲਿਆ ਇਹ ਗੋਆ ਦੀਆਂ ਚੋਣਾਂ ਦੇ ਵਿੱਚ ਵੀ ਵਰਤਿਆ ਗਿਆ ਸਾਡੇ ਕੋਲ ਇਹਦੇ ਗਵਾਹ ਨਹੀਂ ਕਿ ਪੈਸਾ ਸਾਊਥ ਗਰੁੱਪ ਤੋਂ ਆਇਆ ਹੈ ਇਹ ਇੱਕ ਲੜੀ ਹੈ ਇਸ ਲੜੀ ਬਾਰੇ ਚੋਣਵੇਂ ਤੌਰ ਤੇ ਗੱਲ ਨਹੀਂ ਕੀਤੀ ਜਾ ਸਕਦੀ ਈਡੀ ਨੇ ਅੱਗੇ ਇਹ ਵੀ ਆਖਿਆ ਕਿ ਕੇਜਰੀਵਾਲ ਨੇ ਸੁਣਵਾਈ ਲਈ ਵੱਡੇ ਵਕੀਲਾਂ ਨੂੰ ਕਿਉਂ ਹਾਇਰ ਕੀਤਾ ਹਰ ਵਿਅਕਤੀ ਕੋਲ ਤਾਂ ਇਹ ਸਹੂਲਤ ਨਹੀਂ ਹੁਣ ਇੱਥੇ ਫਿਰ ਟਿੱਪਣੀ ਕੀਤੀ ਗਈ ਕਿ ਕੀ ਕੋਈ ਵਿਅਕਤੀ ਆਪਣੀ ਮਰਜ਼ੀ ਦੇ ਵਕੀਲ ਹਾਇਰ ਨਹੀਂ ਕਰ ਸਕਦਾ ਉਹ ਕਹਿੰਦੇ ਆਮ ਆਦਮੀ ਪਾਰਟੀ ਨੇ ਰਿਸ਼ਵਤ ਲੈ ਕੇ ਗੋਆ ਦੀਆਂ ਚੋਣਾਂ ਵਿੱਚ ਉਹਦੀ ਵਰਤੋਂ ਕੀਤੀ ਸਾਡੇ ਕੋਲ ਸਾਬਤ ਕਰਨ ਲਈ ਦਸਤਾਵੇਜ਼ ਨੇ ਕਿ ਇਹ ਪੈਸਾ ਹਵਾਲਾ ਦੇ ਰਾਹੀਂ ਗੋਆ ਦੀਆਂ ਚੋਣਾਂ ਵਿੱਚ ਵਰਤਿਆ ਗਿਆ ਅਦਾਲਤ ਦੇ ਵਿੱਚ ਆਪਣਾ ਪੱਖ ਰੱਖਦੇ ਹੋਏ ਕੇਜਰੀਵਾਲ ਨੇ ਫਿਰ ਆਖਿਆ ਕਿ ਸੱਤ ਬਿਆਨਾਂ ਦੇ ਵਿੱਚੋਂ 6 ਬਿਆਨਾਂ 'ਚ ਮੇਰਾ ਕੋਈ ਜ਼ਿਕਰ ਨਹੀਂ ਜਿਵੇਂ 7ਵੇਂ ਬਿਆਨ 'ਚ ਮੇਰਾ ਨਾਮ ਆਇਆ ਤਾਂ ਗਵਾ ਨੂੰ ਛੱਡ ਦਿੱਤਾ ਗਿਆ ਸਿਰਫ ਚਾਰ ਬਿਆਨਾਂ ਦੇ ਆਧਾਰ ਤੇ ਇੱਕ ਮੁੱਖ ਮੰਤਰੀ ਨੂੰ ਗ੍ਰਿਫਤਾਰ ਕੀਤਾ ਜਾਏਗਾ ਜਦੋਂ ਕਿ ਕਹਿੰਦੇ ਈਡੀ ਕੋਲ ਮੇਰੀ ਬੇਗੁਨਾਹੀ ਸਾਬਤ ਕਰਨ ਵਾਲੇ ਹਜ਼ਾਰਾਂ ਸਫੇ ਹੈ ਹਜ਼ਾਰਾਂ ਪੰਨੇ ਹੈ ਉਹ ਹਜ਼ਾਰਾਂ ਪੰਨਿਆਂ ਨੂੰ ਇਗਨੋਰ ਕਰਕੇ ਸਿਰਫ ਤੇ ਸਿਰਫ ਉਹ ਇੱਕਾ ਦੁੱਕਾ ਬਿਆਨਾਂ ਨੂੰ ਆਧਾਰ ਬਣਾ ਕੇ ਮੇਰੀ ਗ੍ਰਿਫਤਾਰੀ ਕਰ ਲਈ ਕੇਜਰੀਵਾਲ ਨੇ ਕਿਹਾ ਕਿ ਜੇਕਰ 100 ਕਰੋੜ ਰੁਪਏ ਦਾ ਕੱਪੜਾ ਹੋਇਆ ਤਾਂ ਈਡੀ ਦੱਸ ਦੇਵੇ ਕਿ ਉਹ ਪੈਸਾ ਕਿੱਥੇ ਹੈ ਅਸਲ ਵਿੱਚ ਘੁਟਾਲਾ ਅੰਤ ਜਾਂਚ ਤੋਂ ਬਾਅਦ ਸ਼ੁਰੂ ਹੁੰਦਾ ਹੈ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਅਸਲ ਦੇ ਵਿੱਚ ਇਹ ਸ਼ਰਾਬ ਘਟਾਲਾ ਈਡੀ ਦੀ ਜਾਂਚ ਤੋਂ ਬਾਅਦ ਸ਼ੁਰੂ ਹੋਇਆ ਪਹਿਲਾਂ ਇਹ ਘਟਾਲਾ ਕੋਈ ਹੈ ਹੀ ਨਹੀਂ ਸੀ ਹੁਣ ਵੇਖਦੇ ਹਾਂ ਕਿ 1 April ਨੂੰ ਇਸ ਮਾਮਲੇ 'ਚ ਕੀ ਹੁੰਦਾ ਪਰ ਲੱਗਦਾ ਇਹ ਮਾਮਲਾ ਲੰਬਾ ਖਿੱਚਿਆ ਜਾਏਗਾ ਕੱਲ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਪਹਿਲਾਂ ਜਰਮਨੀ ਨੇ ਤੇ ਉਸ ਤੋਂ ਬਾਅਦ ਅਮਰੀਕਾ ਨੇ ਦੋਵੇਂ ਮੁਲਕਾਂ ਨੇ ਆਖਿਆ ਸੀ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਅਸੀਂ ਨਜ਼ਰ ਰੱਖੀ ਹੋਈ ਹੈ ਸਮਾਵਾਦ ਤੇ ਜਾਂਚ ਵੀ ਹੋਣੀ ਚਾਹੀਦੀ ਤੇ ਨਿਰਪੱਖ ਵੀ ਹੋਣੀ ਚਾਹੀਦੀ ਹੈ ਇਹਦੇ ਉੱਤੇ ਭਾਰਤ ਸਰਕਾਰ ਦੇ ਵੱਲੋਂ ਵੀ ਜਵਾਬ ਦਿੱਤਾ ਗਿਆ ਸੀ ਕਿ ਤੁਸੀਂ ਸਾਡੇ ਮਾਮਲੇ 'ਚ ਦਾਖਲ ਅੰਦਾਜ਼ੀ ਨਾ ਕਰੋ ਉਹਦੇ ਤੋਂ ਬਾਅਦ ਅਮਰੀਕਾ ਦਾ ਇੱਕ ਵਾਰੀ ਫਿਰ ਤੋਂ ਸਖਤ ਬਿਆਨ ਆ ਗਿਆ ਹੈ ਕਿ ਅਸੀਂ ਲੋਕਤੰਤ੍ਰਿਕ ਪਰੰਪਰਾਵਾਂ ਦਾ ਜ਼ਿਕਰ ਕੀਤਾ ਹੈ ਅਸੀਂ ਇਹ ਕਹਿੰਦੇ ਆ ਕਿ ਕਿਸੇ ਨੂੰ ਧੱਕੇ ਨਾਲ ਫਸਾਇਆ ਨਾ ਜਾਵੇ ਅਤੇ ਨਿਰਪੱਖਤਾ ਤੇ ਸਮਾਵਾਦ ਜਾਂਚ ਕੀਤੀ ਜਾਵੇ ਹਾਲੇ ਵੀ ਕਹਦੇ ਸਾਡੀਆਂ ਨਜ਼ਰਾਂ ਇਸ ਕੇਸ ਤੇ ਅਮਰੀਕਾ ਕਹਿੰਦੀ ਟਿਕੀਆਂ ਹੋਈਆਂ ਨੇ ਤੇ ਹੁਣ ਗੱਲ ਕਰਦੇ ਆ ਮਨਪ੍ਰੀਤ ਬਾਦਲ ਦੀ ਜਿਉਂ-ਜਿਉਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤਿਉਂ-ਤਿਉਂ ਦਲ ਬਦਲੀਆਂ ਦਾ ਦੌਰ ਲਗਾਤਾਰ ਜਾਰੀ ਹੈ ਤੇ ਕੁਝ ਉਹ ਚਿਹਰੇ ਐ ਜਿਹੜੇ ਵੈਸੇ ਆਪਣੇ ਆਪ ਨੂੰ ਵੱਡੇ ਚਿਹਰੇ ਸਮਝਦੇ ਆ ਤੇ ਲੋਕਾਂ ਨੂੰ ਲੱਗਦੇ ਵੀ ਨਹੀਂ ਪਰ ਇਹ ਵੱਡੇ ਚਿਹਰੇ ਆ ਜਿਹੜੇ ਚੋਣਾਂ ਲੜਨ ਤੋਂ ਭੱਜ ਰਹੇ ਨੇ ਪਹਿਲਾਂ ਕਈ ਹੋਰ ਵੀ ਭੱਜੇ ਆ ਤੇ ਹੁਣ ਇਹਨਾਂ ਭੱਜਣ ਵਾਲਿਆਂ ਵਿੱਚ ਮਨਪ੍ਰੀਤ ਬਾਦਲ ਦਾ ਨਾਮ ਵੀ ਜੁੜ ਗਿਆ ਮਨਪ੍ਰੀਤ ਬਾਦਲ ਨੇ ਚੋਣਾਂ ਨਾ ਲੜਨ ਦੀ ਵਜ੍ਹਾ ਆਪਣੀ ਸਿਹਤ ਹਵਾਲਾ ਦਿੱਤਾ ਉਹ ਕਹਿੰਦੇ ਜਲਦੀ ਮੈਨੂੰ ਇੱਕ ਆਪਰੇਸ਼ਨ ਕਰਵਾਉਣਾ ਪਏਗਾ ਇਹਦੀ ਜਾਣਕਾਰੀ ਮਨਪ੍ਰੀਤ ਬਾਦਲ ਨੇ ਖੁਦ ਸੋਸ਼ਲ ਮੀਡੀਆ ਦੇ ਰਾਹੀਂ ਸਾਂਝੀ ਕੀਤੀ ਹੈ। ਉਹਨਾਂ ਐਕਸ ਤੇ ਪੋਸਟ ਕੀਤਾ ਕਿ ਮੇਰੀ ਸਿਹਤ ਵਿਗੜਨ ਤੇ ਮਿਲੇ ਪਿਆਰ ਅਤੇ ਦਿਆਲੂ ਇੱਛਾਵਾਂ ਲਈ ਮੈਂ ਧੰਨਵਾਦੀਆਂ। ਮੇਰੀ ਰਿਕਵਰੀ ਹੋ ਰਹੀ ਹੈ ਅਤੇ ਤੰਦਰੁਸਤ ਹੋਣ ਲਈ ਆਪਣੇ ਡਾਕਟਰ ਦੀਆਂ ਹਦਾਇਤਾਂ ਦੀ ਪਾਲਣਾ ਵੀ ਕਰ ਰਹੀਆਂ। ਮੈਨੂੰ ਇੱਕ ਹੋਰ ਸਰਜਿਕਲ ਪ੍ਰਕਿਰਿਆ ਦੀ ਲੋੜ ਪਵੇਗੀ ਕਿਉਂਕਿ ਬਲੌਕਿੰਗ ਹੋਈ ਹੈ। ਇਹ ਸਰਜਰੀ ਆਉਣ ਵਾਲੇ ਹਫ਼ਤਿਆਂ ਵਿੱਚ ਹੋ ਸਕਦੀ ਹੈ। ਇਹਦੇ ਤੋਂ ਬਾਅਦ ਵਾਹਿਗੁਰੂ ਦੀ ਕਿਰਪਾ ਨਾਲ ਮੇਰੀ ਸਿਹਤ ਠੀਕ ਹੋ ਜਾਏਗੀ। ਮਨਪ੍ਰੀਤ ਬਾਦਲ ਦੱਸਣਾ ਬਣਦਾ ਹੈ ਕਿ ਦਿਲ ਦੀਆਂ ਨਾੜੀਆਂ ਦੀ ਬਲੋਕੇਜ ਤੋਂ ਪੀੜਤ ਨੇ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ 10 ਮਾਰਚ ਨੂੰ ਛਾਤੀ ਵਿੱਚ ਦਰਦ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ ਉੱਥੋਂ ਦੇ ਡਾਕਟਰਾਂ ਨੇ ਉਹਨਾਂ ਦੇ ਦਿਲ ਦੀਆਂ ਨਾੜੀਆਂ ਨੂੰ ਖੋਲਣ ਦੇ ਵਾਸਤੇ ਦੋ ਸਟੈਂਟ ਪਾ ਦਿੱਤੇ ਸਨ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਬੀਤੇ ਦਿਨੀ ਅਕਾਲੀ ਦਲ ਦੇ ਨਾਲ ਜਦੋਂ ਗੱਠਜੋੜ ਸਿਰੇ ਨਾ ਚੜਿਆ ਇਕੱਲਿਆਂ ਚੋਣ ਲੜਨ ਦਾ ਐਲਾਨ ਕੀਤਾ ਸੀ ਤੇ ਭਾਜਪਾ ਦੇ ਵੱਲੋਂ ਮਨਪ੍ਰੀਤ ਬਾਦ ਨੂੰ ਬਠਿੰਡਾ ਤੋਂ ਚੋਣ ਮੈਦਾਨ ਵਿੱਚ ਉਤਾਰਨ ਦੀਆਂ ਤਿਆਰੀਆਂ ਦੀ ਚਰਚਾ ਸੀ ਪਰ ਜਿਹੜਾ ਆ ਐਕਸ ਦੇ ਉੱਤੇ ਉਹਨਾਂ ਨੇ ਪੋਸਟ ਕਰ ਦਿੱਤਾ ਉਹਦੇ ਤੋਂ ਬਾਅਦ ਮਨਪ੍ਰੀਤ ਬਾਦਲ ਦੇ ਕਰੀਬੀ ਦੱਸਦੇ ਐ ਕਿ ਉਹ ਚੋਣ ਦਰਾਸਾ ਲੜਨਾ ਨਹੀਂ ਚਾਹੁੰਦੇ ਤੇ ਉਹਨਾਂ ਨੇ ਇਹਨਾਂ ਅਟਕਲਾਂ ਤੇ ਵਿਰਾਮ ਲਾ ਦਿੱਤਾ ਉਹਨਾਂ ਦੱਸਿਆ ਕਿ ਮਨਪ੍ਰੀਤ ਬਾਦਲ ਸਿਹਤ ਪੱਖੋਂ ਹਜੇ ਠੀਕ ਨਹੀਂ ਇਸ ਕਰਕੇ ਉਹ ਚੋਣ ਸਰਗਰਮੀਆਂ ਦੇ ਵਿੱਚ ਹਿੱਸਾ ਨਹੀਂ ਲੈ ਸਕਣਗੇ ਪ੍ਰਚਾਰ ਨਹੀਂ ਕਰ ਸਕਣਗੇ ਪਰ ਸਵਾਲ ਇਹ ਵੀ ਹੈ ਕਿੰਨੇ ਰੋਕਨੇ ਆਪਾਂ ਅੱਗੇ ਚੱਲ ਕੇ ਜ਼ਿਕਰ ਵੀ ਕਰਾਂ ਖਬਰ ਜੇਲ੍ਹ ਚ ਬੈਠੇ ਵੀ ਉਹ ਮੈਦਾਨ ਚ ਨਤਰੇ ਹੁੰਦੇ ਆ ਹੁਣ ਇਹ ਵੀ ਤੁਹਾਨੂੰ ਯਾਦ ਹੋਣਾ ਹੈ ਕਿ ਪਹਿਲਾਂ ਵੀ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਚੁੱਕੇ ਨੇ 2014 ਦੇ ਵਿੱਚ ਕਾਂਗਰਸ ਨੇ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਿਆ ਸੀ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਤੋਂ ਹਰਸਿਮਰਤ ਕੌਰ ਬਾਦਲ ਉਹਨਾਂ ਦੇ ਖਿਲਾਫ ਚੋਣ ਮੈਦਾਨ ਵਿੱਚ ਸੀ ਇੱਕੋ ਹੀ ਪਰਿਵਾਰ ਨਾਲ ਸੰਬੰਧਤ ਆ ਦੋਵੇਂ ਉਦੋਂ ਉਹ 19300 95 ਕਵੋਟਾਂ ਦੇ ਫਰਕ ਨਾਲ ਹਾਰ ਗਏ ਸੀ ਤੇ ਪਿਛਲੇ ਸਾਲ ਜਨਵਰੀ ਦੇ ਮਹੀਨੇ ਉਹ ਕਾਂਗਰਸ ਨੂੰ ਅਲਵਿਦਾ ਆਖ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਵਿੱਚ ਨਿੱਤ ਬਦਲੀਆਂ ਦਾ ਦੌਰ ਖਬਰਾਂ ਤਾਂ ਇਹ ਵੀ ਨੇ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਕਾਲੀਆਂ ਦੇ ਕਈ ਵੱਡੇ ਆਗੂਆਂ ਦੇ ਨਾਲ ਇਸ ਵਕਤ ਮੀਟਿੰਗਾਂ ਕਰ ਰਹੇ ਨੇ ਉਮੀਦ ਹੈ ਕਿ ਕਾਂਗਰਸ ਆਪ ਇਹਨਾਂ ਦੋ ਪਾਰਟੀਆਂ ਤੋਂ ਬਾਅਦ ਹੁਣ ਉਹ ਅਕਾਲੀ ਦਲ ਨੂੰ ਵੱਡਾ ਤੇ ਕਰਾਰਾ ਝਟਕਾ ਦੇ ਦੇਣਗੇ ਕਿ ਸ਼ਰਤਾਂ ਰੱਖੀਆਂ ਨੇ ਤੁਸੀਂ ਆਓ ਤੁਹਾਨੂੰ ਦੱਸੀਏ ਕਿ ਵਾਣ ਭੱਜਦਿਆਂ ਨੂੰ ਇੱਕੋ ਜੈ ਆ ਤੇ ਇਹਨਾਂ ਚੋਣਾਂ ਦੇ ਸੀਜ਼ਨ ਦੇ ਵਿੱਚ ਬਦਲ ਹੋ ਰਹੇ ਨੇ ਉਲਟ ਫੇਰ ਹੋ ਰਹੇ ਨੇ ਸਟੈਂਡ ਕਿਸੇ ਦਾ ਕੋਈ ਹੈ ਨਹੀਂ ਇੱਕ ਪਾਰਟੀ ਨੂੰ ਛੱਡਦਾ ਦੂਜੀ ਚਲਾ ਜਾਂਦਾ ਦੂਜੀ ਨੂੰ ਛੱਡਦਾ ਤੇ ਤੀਜੀ ਚਲਾ ਜਾਂਦਾ ਇਸੇ ਤਰ੍ਹਾਂ ਇੱਕ ਹੋਰ ਅਪਡੇਟ ਮਿਲ ਰਹੀ ਹੈ ਕਿ ਜਿਵੇਂ ਸਿਟਿੰਗ ਮੈਂਬਰ ਪਾਰਲੀਮੈਂਟ ਜਿਹੜੇ ਕਿ ਜਲੰਧਰ ਤੋਂ ਸੀ ਆਮ ਆਦਮੀ ਪਾਰਟੀ ਦੇ ਸੀ ਤੇ ਉਹਨੂੰ ਟਿਕਟ ਵੀ ਦਿੱਤੀ ਗਈ ਸੀ ਉਹਨਾਂ ਨੂੰ ਭਾਜਪਾਲੇ ਲੈ ਗਏ ਆ ਤੇ ਸ਼ਾਇਦ ਭਾਜਪਾ ਦੇ ਸੀਟਿੰਗ ਐਮਪੀ ਨੂੰ ਹਾਂਸ ਰਾਜ ਹਾਂਸ ਨੂੰ ਹੁਣ ਆਪ ਵਾਲੇ ਲੈ ਜਾਣ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਹਾਂਸ ਰਾਜ ਹਾਂਸ ਭਾਜਪਾ ਛੱਡ ਸਕਦੇ ਆ ਅਤੇ ਆਮ ਆਦਮੀ ਪਾਰਟੀ ਵਿੱਚ ਆ ਸਕਦੇ ਆ ਭਾਜਪਾ ਨੇ ਦਿੱਲੀ ਤੋਂ ਉਹਨਾਂ ਦੀ ਟਿਕਟ ਕੱਟ ਦਿੱਤੀ ਹੈ ਖਬਰਾਂ ਤਾਂ ਕਾਫੀ ਦੇਰ ਤੋਂ ਇਹ ਆ ਰਹੀਆਂ ਸੀ ਕਿ ਉਹਨਾਂ ਨੂੰ ਪੰਜਾਬ 'ਚ ਜਲੰਧਰ ਤੋਂ ਉਮੀਦਵਾਰ ਐਲਾਨਿਆ ਜਾ ਸਕਦਾ ਜਾਂ ਹੁਸ਼ਿਆਰਪੁਰ ਤੋਂ ਵੀ ਪਰ ਹੁਣ ਖਬਰਾਂ ਇਹ ਨੇ ਕਿ ਆਮ ਆਦਮੀ ਪਾਰਟੀ ਨੂੰ ਸਨ ਲਾਈਆ ਹੈ ਭਾਜਪਾ ਨੇ ਸੁਸ਼ੀਲ ਰਿੰਕੂ ਨੂੰ ਜਲੰਧਰ ਤੋਂ ਲੈ ਗਿਆ ਉਹਨਾਂ ਦਾ ਉਮੀਦਵਾਰ ਵੀ ਸੀ ਇਸ ਕਰਕੇ ਹੁਣ ਹੰਸਰਾਜ ਹੰਸ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਆ ਇਹ ਵੀ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਕਈ ਦਿਨਾਂ ਤੋਂ ਹੰਸਰਾਜ ਹੰਸ ਆਮ ਆਦਮੀ ਪਾਰਟੀ ਦੇ ਸੰਪਰਕ 'ਚ ਨੇ ਅਤੇ ਉਹਨਾਂ ਦੀਆਂ ਕਈ ਮੀਟਿੰਗਾਂ ਵੀ ਆਪ ਨਾਲ ਹੋ ਚੁੱਕੀਆਂ ਨੇ ਦੇਖਦੇ ਆ ਕਿ ਕਿਹੜਾ ਕੱਲੂ ਕਿਹੜੀ ਪਾਰਟੀ 'ਚ ਹੋਊ ਕਿਹੜਾ ਅੱਜ ਵਾਲੀ ਪਾਰਟੀ 'ਚ ਹੁੰਦਿਆਂ ਹੁੰਦਿਆਂ ਉਹਨਾਂ ਦਾ ਵਫਾਦਾਰ ਤੇ ਕੱਲ ਨੂੰ ਉਹਨਾਂ ਦੀ ਨਿੰਦਿਆ ਕਰ ਰਿਹਾ ਹੋਊਗਾ ਅੱਜ ਉਹਨਾਂ ਦਾ ਹੀਰਾ ਤੇ ਕੱਲ ਨੂੰ ਗਦਾਰ ਵੇਖਦੇ ਆ ਅੱਗੇ ਚੱਲ ਕੇ ਹੁੰਦਾ ਕਿ ਹੁਣ ਗੱਲ ਕਰਦਾ ਹਾਂ ਸ਼ੀਤਲ ਅੰਗੁਰਾਲ ਦੀ ਉਹਨਾਂ ਨੇ ਆਪਣੀ ਵਿਧਾਇਕੀ ਤੋਂ ਵੀ ਅਸਤੀਫਾ ਲਿਖ ਕੇ ਭੇਜ ਦਿੱਤਾ ਤੇ ਖੰਡ ਚਰਚਾ ਇਹ ਚੱਲ ਰਹੀ ਹੈ ਕਿ ਕੁਝ ਲੋਕ ਤਾਂ ਲਾਲਚ 'ਚ ਭਾਅ ਵਿਕਦੇ ਆ ਕੁਝ ਰੁਤਬੇ ਦੇ ਕਾਰਨ ਜਾਂਦੇ ਆ ਤੇ ਕੁਝ ਕੇਸਾਂ ਤੋਂ ਬਚਣ ਵਾਸਤੇ ਵੀ ਭਾਜ-ਪਾਵਲ ਖਿੱਚੇ ਚਲੇ ਜਾ ਰਹੇ ਨੇ ਇਸੇ ਤਰ੍ਹਾਂ ਜਲੰਧਰ ਵੈਸਟ ਤੋਂ ਆਪ ਵਿਧਾਇਕ ਜਿਨ੍ਹਾਂ ਨੇ ਹੁਣ ਅਸਤੀਫਾ ਲਿਖ ਕੇ ਭੇਜ ਦਿੱਤਾ ਸ਼ੀਤਲ ਅੰਗੁਰਾਲ ਬੀਤੇ ਦਿਨੀ ਉਹ ਭਾਜਪਾ ਚ ਸ਼ਾਮਲ ਹੋਈ ਸੀ ਤੇ ਉਦੋਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਜਲੰਧਰ ਦੇ ਵਿੱਚ ਉਹਨਾਂ ਤੇ ਰਿੰਕੂ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਤੇ ਹੁਣ ਜਾਣਕਾਰੀ ਮਿਲ ਰਹੀ ਹੈ ਭਰੋਸੇਯੋਗ ਵਸੀਲਿਆਂ ਤੋਂ ਮਿਲ ਰਹੀ ਹੈ ਕਿ ਸ਼ੀਤਲ ਅੰਗੁਰਾਲ ਤੇ ਜੂਆ ਨਸ਼ਾ ਖੋਰੀ ਅਤੇ ਸ਼ਰਾਬ ਤਸਕਰੀ ਵਰਗੇ ਕਈ ਅਪਰਾਧਿਕ ਮੁਕੱਦਮੇ ਚੱਲ ਰਹੇ ਹੈ ਇਨਾ ਕੇਸਾਂ ਦੇ ਵਿੱਚੋਂ ਖੁਦ ਨੂੰ ਬਰੀ ਕਰਵਾਉਣ ਦੇ ਵਾਸਤੇ ਸ਼ੀਤਲ ਉਂਗਰਾਲ ਨੇ ਪੁਲਿਸ ਤੇ ਵੀ ਕਈ ਵਾਰ ਦਬਾਅ ਪਾਇਆ ਉਹਨਾਂ ਦੇ ਖਿਲਾਫ ਚੱਲ ਰਹੇ ਮਾਮਲੇ ਬੰਦ ਕੀਤੇ ਜਾਣ ਵਾਸਤੇ ਜਦੋਂ ਕੋਈ ਕਾਰਵਾਈ ਨਾ ਹੋਈ ਤਾਂ ਉਹਨਾਂ ਨੇ ਵੱਡੇ ਅਫਸਰਾਂ ਦੇ ਖਿਲਾਫ ਦਬਾਅ ਵੀ ਬਣਾ ਕੇ ਰੱਖਿਆ ਜਾਣਕਾਰੀ ਤਾਂ ਇਹ ਵੀ ਮਿਲ ਰਹੀ ਹੈ ਕਿ ਜਦੋਂ ਸ਼ੀਤਲ ਉਂਗਰਾਲ ਦੇ ਕੇਸਾਂ ਦੇ ਬਾਰੇ ਕੋਈ ਹੱਲ ਨਾ ਨਿਕਲਿਆ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵੀ ਆਖਿਆ ਸੀ ਕਿ ਮੇਰੇ ਖਿਲਾਫ ਚੱਲ ਰਹੇ ਕੇਸ ਬੰਦ ਕਰਵਾ ਦਿਓ ਨਹੀਂ ਤਾਂ ਮੈਂ ਪਾਰਟੀ ਛੱਡ ਦਿਆਂਗਾ ਉਹਨਾਂ ਦਾ ਕਿਉਂ ਕਹਿਣਾ ਸੀ ਕਿ ਅਦਾਲਤੀ ਕਾਰਵਾਈਆਂ ਜਾਂ ਅਦਾਲਤ ਦਾ ਕੰਮ ਹੈ ਕਿ ਤੁਸੀਂ ਬਰੀ ਹੋਣ ਵਾਲੇ ਹੋਵੋਗੇ ਤਾਂ ਬਰੀ ਹੋ ਜਾਓਗੇ ਜੇ ਤੁਹਾਡੇ ਖਿਲਾਫ ਸਬੂਤ ਹੋਏ ਤਾਂ ਤੁਹਾਨੂੰ ਸਜ਼ਾ ਹੋਏਗੀ ਇਹਦੇ ਤੋਂ ਬਾਅਦ ਕਹਿੰਦੇ ਉਹ ਨਾਰਾਜ਼ ਚੱਲ ਰਹੇ ਸੀ ਕਿ ਜੇ ਤੁਸੀਂ ਮੇਰੇ ਕੇਸ ਹੀ ਨਹੀਂ ਬੰਦ ਕਰਵਾ ਸਕਦੇ ਤਾਂ ਫਿਰ ਮੈਂ ਤੁਹਾਡੇ ਨਾਲ ਰਹਿਣਾ ਵੀ ਨਹੀਂ ਚਾਹੁੰਦਾ ਫਿਰ ਆਖਰ 27 ਮਾਰਚ ਨੂੰ ਆਮ ਆਦਮੀ ਪਾਰਟੀ ਨੂੰ ਛੱਡ ਉਹ ਇਕਲੌਤੇ ਲੋਕ ਸਭਾ ਮੈਂਬਰ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ ਉਨ੍ਹਾਂ ਸਮੇਤ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਤੇ ਪਹੁੰਚੇ ਅਤੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ ਉਂਗਰਾਲ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਭਾਜਪਾ ਤੇ ਆਪਰੇਸ਼ਨ ਲੋਟਸ ਤੇ ਦੋਸ਼ ਲਾਇਏ ਸੀ ਮੋਰੀ ਵਿਧਾਇਕ ਸੀ ਉਸ ਵਕਤ ਤੇ ਭਾਜਪਾ ਤੇ ਦੋਸ਼ ਲਾਉਣ ਵਾਲੇ ਉਸ ਵੇਲੇ ਦੋਸ਼ ਲਾ ਰਹੇ ਸੀ ਕਿ ਭਾਜਪਾ ਉਹਨਾਂ ਨੂੰ ਸ਼ਾਮਲ ਕਰਨ ਵਾਸਤੇ ਵੱਡੀਆਂ ਪੇਸ਼ਕਸ਼ਾਂ ਕਰ ਰਹੀ ਹੈ ਉਹਦੇ ਤੋਂ ਬਾਅਦ ਉਹਨਾਂ ਨੇ ਡੀਜੀਪੀ ਪੰਜਾਬ ਨੂੰ ਇਸ ਸਬੰਧੀ ਸ਼ਿਕਾਇਤ ਵੀ ਦਿੱਤੀ ਸੀ ਜਿਸ ਤੋਂ ਬਾਅਦ ਪਰਚਾ ਵੀ ਦਰਜ ਹੋਇਆ ਸੀ ਪਰ ਹੁਣ ਕਹਿੰਦੇ ਮੈਂ ਇਹਦਾ ਸੱਚ ਦੱਸੂਗਾ ਇਹਦਾ ਮਤਲਬ ਉਦੋਂ ਤੁਸੀਂ ਝੂਠ ਬੋਲਦੇ ਸੀ ਇਹਨਾਂ ਉੱਤੇ ਗੁੰਮਰਾਹ ਕਰਨ ਦਾ ਵੀ ਫਿਰ ਇੱਕ ਮੁਕੱਦਮਾ ਦਰਜ ਹੋਣਾ ਚਾਹੀਦਾ ਤੇ ਕੱਲ ਤਾਂ ਬੁੱਕਰ ਚ ਲੈ ਕੇ ਜਾਖੜ ਸਾਹਿਬ ਨੇ ਰਿੰਕੂ ਤੇ ਸ਼ੀਤਲ ਉਂਗਰਾਲ ਦੀ ਦਾੜੀ ਵੀ ਮੁੰਨੀ ਇੱਕ ਕਿਸਮ ਦੀ ਉਹ ਕਿਵੇਂ ਬੀਤੇ ਦਿਨੀ ਕੁਝ ਦੋਸ਼ ਲਾਇਆ ਸੀ ਆਮ ਆਦਮੀ ਪਾਰਟੀ ਦੇ ਵਧਾਇਕਾਂ ਦੇ ਵੱਲੋਂ ਕਿ ਸਾਡੇ ਤੇ 25-25 ਕਰੋੜ ਰੁਪਏ ਦੀ ਆਫਰ ਦਿੱਤੀ ਗਈ ਹੈ ਉਹ ਕਹਿੰਦੇ ਸੀ ਕਿ ਇਹਨਾਂ ਦੀ ਕੀਮਤ ਤਾਂ 5-5000 ਹੈ ਇਹਦਾ ਮਤਲਬ ਇਹ ਦੋਵੇਂ ਬੰਦੇ ਉੱਥੇ ਬੈਠੇ ਸੁਣ ਰਹੇ ਸੀ ਸ਼ਾਇਦ ਇਹਨਾਂ ਦੇ ਉੱਤੇ ਇਸ ਗੱਲ ਦਾ ਅਸਰ ਨਹੀਂ ਹੋਇਆ ਹੋਣਾ ਕਿ ਇਸ਼ਾਰਾ ਸਾਡੇ ਵੱਲ ਵੀ ਹੈ ਤੇ ਹੁਣ ਗੱਲ ਕਰਦੇ ਆ ਮਾਫੀਆ ਡਾਉਣ ਮੁਖਤਾਰ ਅंसारी ਦੀ ਜਿਹਨਾਂ ਦੀ ਮੌਤ ਹੋਈ ਹੈ ਮੈਂ ਗੱਲ ਕਰ ਰਿਹਾ ਸੀ ਪਹਿਲਾਂ ਮਨਪ੍ਰੀਤ ਬਾਦਲ ਦੀ ਕਿ ਮਨਪ੍ਰੀਤ ਬਾਦਲ ਦੀ ਸਿਹਤ ਠੀਕ ਹੈ ਨਾ ਸਾਥ ਚੱਲ ਰਹੇ ਨੇ ਪਰ ਚੋਣਾ ਜਿੱਤਣ ਤੋਂ ਬਾਅਦ ਜਾਂ ਚੋਣਾ ਲੜਨ ਤੋਂ ਬਾਅਦ ਠੀਕ ਹੀ ਹੋ ਜਾਣਾ ਉਹਨਾਂ ਨੇ ਪਰ ਹੁਣ ਉਹ ਕਹਿੰਦੇ ਮੈਂ ਚੋਣ ਨਹੀਂ ਲੜ ਸਕਦਾ ਤੇ ਇੱਧਰ ਤੁਸੀਂ ਦੇਖੋ ਜੇਲ੍ਹ 'ਚ ਬੈਠਾ ਚੋਣਾ ਲੜਦਾ ਰਿਹਾ ਇਹ। ਬਾਂਦਾ ਜੇਲ੍ਹ 'ਚ ਬੰਦ ਸੀ ਮਾਫੀਆ ਡਾਣ ਮੁਖਤਾਰ ਅंसारी ਉਹਦੀ ਮੌਤ ਹੋ ਗਈ ਹੈ। ਜੇਲ੍ਹ ਦੇ ਵਿੱਚ ਉਹਦੀ ਸਿਹਤ ਵਿਗੜੀ ਦਿਲ ਦਾ ਦੌਰਾ ਪਿਆ ਫਿਰ ਉਸ ਨੂੰ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ। ਉਸ ਦੀ ਹਾਲਤ ਗੰਭੀਰ ਹੋਣ ਬਾਅਦ ਉਸ ਨੂੰ ਪਹਿਲਾਂ ਆਈਸੀਯੂ ਫਿਰ ਸੀਸੀਯੂ ਦੇ ਵਿੱਚ ਭਰਤੀ ਕੀਤਾ ਗਿਆ। ਮੁਖਤਾਰ ਅंसारी ਕਾਫੀ ਸਮਾਂ ਪਹਿਲਾਂ ਵੀ ਕਹਿੰਦੇ ਰਹੇ ਕਿ ਜੇਲ੍ਹ ਦੇ ਵਿੱਚ ਉਹਨਾਂ ਨੂੰ ਮੱਠਾ ਜ਼ਹਿਰ ਦਿੱਤਾ ਜਾ ਰਿਹਾ ਹੈ। ਹੁਣ ਇਹ ਪੋਸਟਮਾਰਟਮ ਦੀ ਰਿਪੋਰਟ ਦੱਸ ਸਕਦੀ ਹੈ ਕਿ ਉਹਦੀ ਮੌਤ ਦਾ ਕਾਰਨ ਦਾ ਅਸਲ ਦਿਲ ਦਾ ਦੌਰਾ ਜਾਂ ਪਿੱਛੇ ਕੋਈ ਕਾਰਨ ਹੋਰ ਵੀ ਸੀ ਜਦੋਂ ਉਸਦੀ ਮੌਤ ਦੀ ਖਬਰ ਆਈ ਉਹਦੇ ਤੋਂ ਬਾਅਦ ਬਾਂਦਾ ਮਊ ਅਤੇ ਗਾਜ਼ੀਪੁਰ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਤੇ ਕਈਆਂ ਥਾਵਾਂ ਤੇ ਤਾਰਾ 144 ਵੀ ਲਾ ਦਿੱਤੀ ਹੈ ਮੁਖ्तार ਅंसारी ਦਾ ਜਨਮ 3 ਜੂਨ ਤੇ 1963 ਨੂੰ ਹੋਇਆ ਸੀ ਚੰਗੇ ਪਰਿਵਾਰ ਚ ਹੋਇਆ ਸੀ ਪਰ ਬਾਅਦ ਦੇ ਵਿੱਚ ਇਹ ਮਾਫੀਆ ਡੌਨ ਬਣਿਆ ਗਾਜ਼ੀਪੁਰ ਜ਼ਿਲ੍ਹੇ ਦੇ ਮੁਹੰਮਦਾਬਾਦ ਦੇ ਵਿੱਚ ਹੋਇਆ ਸੀ ਉਨ੍ਹਾਂ ਦੇ ਪਿਤਾ ਦਾ ਨਾਮ ਸ਼ੁਭਾਨ ਅੱਲਾ ਅंसारी ਅਤੇ ਮਾਤਾ ਦਾ ਨਾਮ ਬੀਗਮ ਰਾਬੀਆ ਸੀ। ਗਾਜ਼ੀਪੁਰ ਦੇ ਵਿੱਚ ਅंसारी ਦਾ ਪਰਿਵਾਰ ਇੱਕ ਵਕਾਰੀ ਸਿਆਸੀ ਪਰਿਵਾਰ ਨਾਲ ਸੰਬੰਧਤ ਹੈ। ਮੁਖ्तार ਅंसारी ਦੇ ਦਾਦਾ ਡਾਕਟਰ ਮੁਖ्तार ਅਹਿਮਦ ਅंसारी 17 ਸਾਲਾਂ ਤੋਂ ਵੱਧ ਸਮੇਂ ਲਈ ਜੇਲ੍ਹ ਤੇ ਰਹੇ ਉਹ ਆਜ਼ਾਦੀ ਕੋਲਾਟੀਏ ਸੀ। ਗਾਂਧੀ ਦੇ ਨਾਲ ਉਹ ਕੰਮ ਵੀ ਕਰਦੇ ਰਹੇ। ਉਹ 1926-27 ਦੇ ਵਿੱਚ ਕਾਂਗਰਸ ਦੇ ਪ੍ਰਧਾਨ ਵੀ ਰਹੇ। ਅंसारी ਦੇ ਨਾਨਾ ਬਰਗੇੜੀਅਰ ਮੁਹੰਮਦ ਉਸਮਾਨ ਨੂੰ 1947 ਦੀ جنگ ਦੇ ਵਿੱਚ ਸ਼ਹਾਦਤ ਲਈ ਮਹਾਵੀਰ ਚੱਕਰ ਨਾਲ ਸਨਮਾਨਿਆ ਗਿਆ ਸੀ ਮੁਖ्तार ਅंसारी ਦੇ ਪਿਤਾ ਸੁਭਾਨੁੱਲਾ ਅंसारी ਆਪਣੇ ਸਾਫ਼ ਸੁਥਰੇ ਅਖ਼ਸ ਵਾਸਤੇ ਗਾਜ਼ੀਪੁਰ ਦੀ ਰਾਜਨੀਤੀ ਵਿੱਚ ਸਰਗਰਮ ਵੀ ਕਾਫੀ ਰਹੇ ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਹਾਮਦ ਅंसारी ਉਹ ਮੁਖ्तार ਅंसारी ਦੇ ਚਾਚਾ ਜੀ ਸਨ ਮੁਖ्तार ਨੇ ਮੌਜੂਦੇ ਵਿੱਚ ਦੰਗੇ ਪੜਕਾਉਣ ਦੇ ਮਾਮਲੇ ਵਿੱਚ ਆਖਰ ਗਾਜ਼ੀਪੁਰ ਪੁਲਸ ਦੇ ਸਾਹਮਣੇ ਆਤਮ ਸਮਰਪਣ ਕੀਤਾ ਸੀ ਅਤੇ ਉਦੋਂ ਤੋਂ ਉਹ ਜੇਲ੍ਹ ਵਿੱਚ ਸਨ ਇਹਦੇ ਤੋਂ ਪਹਿਲਾਂ ਉਸ ਨੂੰ ਗਾਜ਼ੀਪੁਰ ਜੇਲ੍ਹ ਵਿੱਚ ਰੱਖਿਆ ਗਿਆ ਫਿਰ ਉੱਥੋਂ ਉਸ ਨੂੰ ਮਥਰਾ ਦੀ ਜੇਲ੍ਹ ਵਿੱਚ ਭੇਜਿਆ ਗਿਆ ਫਿਰ ਉਸ ਨੂੰ ਮਥਰਾ ਤੋਂ ਆਗਰਾ ਦੀ ਜੇਲ੍ਹ 'ਚ ਅਤੇ ਆਗਰਾ ਤੋਂ ਬਾਂਦਾ ਦੀ ਜੇਲ੍ਹ ਵਿੱਚ ਭੇਜਿਆ ਗਿਆ ਉਹਦੇ ਤੋਂ ਬਾਅਦ ਮੁਖਤਾਰ ਕਦੀ ਵਾਪਸ ਬਾਹਰ ਨਾ ਆਇਆ ਪਾਬ ਜੇਲ੍ਹ ਦੇ ਅੰਦਰ ਹੀ ਰਹਾ ਇੱਕ ਵਾਰ ਤੁਹਾਨੂੰ ਯਾਦ ਹੋਣਾ ਹੈ ਕਿ ਕਾਂਗਰਸ ਦੀ ਹਕੂਮਤ ਵਕਤ ਲੰਬਾ ਸਮਾਂ ਪੰਜਾਬ ਦੀ ਜੇਲ੍ਹ ਵਿੱਚ ਵੀ ਉਸ ਨੂੰ ਰੱਖਿਆ ਗਿਆ ਫਿਰ ਪੁਰਵਾਂਚਲ ਦੇ ਵਿੱਚ ਉਸਤਾਦ ਦਬਦਬਾ ਇਹ ਅੰਦਰ ਰਹਿਣ ਦੇ ਬਾਵਜੂਦ ਵੀ ਕਾਇਮ ਰਿਹਾ ਜੇਲ੍ਹ ਦੇ ਵਿੱਚ ਵੀ ਰਹਿ ਕੇ ਉਹ ਚੋਣਾ ਲੜਦਾ ਰਿਹਾ ਤੇ ਚੋਣਾ ਜਿੱਤਦਾ ਰਿਹਾ ਮੁਖ्तार ਅंसारी ਦੇ ਖਿਲਾਫ ਸਜ਼ਾ ਦੀ ਪ੍ਰਕਿਰਿਆ 21 ਸਤੰਬਰ ਤੇ 2022 ਨੂੰ ਸ਼ੁਰੂ ਹੋਈ ਲਖਨਊ ਦੇ ਆलमबाग ਥਾਣੇ ਦੇ ਵਿੱਚ 2003 ਦੇ ਵਿੱਚ ਦਰਜ ਜੇਲਰ ਨੂੰ ਧਮਕੀ ਦੇਣ ਦੇ ਮਾਮਲੇ 'ਚ ਏਡੀਜੀ ਅਦਾਲਤ ਨੇ ਮੁਖ्तार ਅंसारी ਨੂੰ ਭਾਵੇਂ ਬਰੀ ਕਰ ਦਿੱਤਾ ਸੀ ਪਰ ਸਰਕਾਰ ਨੇ ਉਹਨੂੰ 27 ਅਪ੍ਰੈਲ ਤੇ 2021 ਨੂੰ ਚੁਣੌਤੀ ਦੇ ਦਿੱਤੀ ਇਸ ਕੇਸ ਦੇ ਵਿੱਚ ਉਸਨੂੰ ਪਹਿਲੀ ਵਾਰ 7 ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਇਹਦੇ ਤੋਂ ਬਾਅਦ 23 ਸਤੰਬਰ ਤੇ 2022 ਨੂੰ ਲਖਨਊ ਦੇ ਹਾਜ਼ਰਤ ਗੰਜ ਕੋਤਵਾਲੀ ਦੇ ਵਿੱਚ ਦਰਜ ਗੈਂਗਸਟਰ ਐਕਟ ਮਾਮਲੇ 'ਚ ਉਸਨੂੰ 5 ਸਾਲ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ 29 ਅਪ੍ਰੈਲ ਤੇ 2023 ਨੂੰ ਗਾਜ਼ੀਪੁਰ ਦੇ ਵਿੱਚ ਦਰਜ ਗੈਂਗਸਟਰ ਐਕਟ ਦੇ ਇੱਕ ਹੋਰ ਕੇਸ ਦੇ ਵਿੱਚ ਉਸਨੂੰ 10 ਸਾਲ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਜਾਂਦੂਨ 2023 ਨੂੰ ਅਦਾਲਤ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਅਜੇ ਰਾਏ ਦੇ ਵੱਡੇ ਭਰਾ ਅਵਤੇਸ਼ ਰਾਏ ਦੇ ਕਤਲ ਕੇਸ ਵਿੱਚ ਮੁਖ्तार ਅंसारी ਨੂੰ ਫਿਰ ਉਮਰ ਕੈਦ ਦੀ ਸਜ਼ਾ ਸੁਣਾਈ ਇਹ ਫੈਸਲਾ 32 ਸਾਲਾਂ ਬਾਅਦ ਆਇਆ ਸੀ ਜਦੋਂ ਜੇਲ੍ਹ ਗਿਆ ਮੁੜ ਕੇ ਜੇਲ੍ਹ ਤੋਂ ਬਾਹਰ ਨਾ ਆਇਆ ਤੇ ਆਖਰਕਾਰ ਮੁਖ्तार ਅंसारी ਦੀ ਮੌਤ ਹੋ ਗਈ ਹੈ ਤੇ ਹੁਣ ਗੱਲ ਕਰਦੇ ਹਾਂ ਉੱਤਰਾਖੰਡ ਤੋਂ ਖਬਰ ਮਿਲ ਰਹੀ ਹੈ ਉੱਤਰਾਖੰਡ ਦੇ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਨਾਨਕ ਮਤਾ ਨਾਨਕ ਮਤਾ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਭਿਆਨਕ ਕਤਲ ਕਰ ਦਿੱਤਾ ਗਿਆ ਹੈ ਜਾਣਕਾਰੀ ਮਿਲ ਰਹੀ ਹੈ ਕਿ ਕਾਰ ਸੇਵਾ ਦੇ ਮੁਖੀ ਬਾਬਾ ترਸੀਮ ਸਿੰਘ ਦਾ ਸਵੇਰ ਵਕਤ ਤੋਂ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਫਿਰ ਫਰਾਰ ਹੋ ਗਏ ਉਹ ਮੋਟਰਸਾਈਕਲ ਤੇ ਸੀ ਇਹਦੇ ਤੋਂ ਬਾਅਦ ਗੰਭੀਰ ਹਾਲਤ ਦੇ ਵਿੱਚ ترਸੀਮ ਸਿੰਘ ਨੂੰ ਹਸਪਤਾਲ ਜਿਹੜਾ ਇੱਕ ਪ੍ਰਾਈਵੇਟ ਹਸਪਤਾਲ ਸੀ ਖਟੀਮਾ ਦਾ ਉੱਥੇ ਭਰਤੀ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਾਣਕਾਰੀ ਮਿਲੀ ਹੈ ਕਿ ਉਹਨਾਂ ਦੇ ਢਿੱਡ ਅਤੇ ਗਰਦਨ ਤੇ ਦੋ ਗੋਲੀਆਂ ਲੱਗੀਆਂ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਦੱਸਿਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਉਦਮ ਸਿੰਘ ਨਗਰ ਦੇ ਐਸਐਸਪੀ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚੇ ਅਤੇ ਸਾਰੇ ਹਾਲਾਤਾਂ ਦਾ ਉਹਨਾਂ ਵੱਲੋਂ ਜਾਇਜ਼ਾ ਵੀ ਲਿਆ ਗਿਆ ਡੀਜੀਪੀ ਲਾਅ ਐਂਡ ਆਰਡਰ ਏਪੀ ਅੰਸ਼ੁਮਨ ਨੇ ਦੱਸਿਆ ਕਿ ਮੋਟਰਸਾਈਕਲ ਤੇ ਦੋ ਹਮਲਾਵਰ ਆਏ ਸੀ ਉਹਨਾਂ ਨੇ ਸਵੇਰ ਦੇ ਲਗਭਗ 5:36 ਵਜੇ ਡੇਰੇ ਦੇ ਅੰਦਰ ਨਾਨਕ ਮੱਤਾ ਗੁਰਦੁਆਰਾ ਸਾਹਿਬ ਉੱਥੇ ਕਾਰ ਸੇਵਾ ਦੇ ਮੁਖੀ ਬਾਬਾ ਤਰਸੇਮ ਸਿੰਘ ਤੇ ਗੋਲੀਆਂ ਚਲਾਈਆਂ ਉਹਨਾਂ ਆਖਿਆ ਕਿ ਕਾਤਲਾਂ ਨੂੰ ਫੜਨ ਦੇ ਵਾਸਤੇ ਇੱਕ ਸਪੈਸ਼ਲ ਟਾਸਕ ਫੋਰਸ ਅਤੇ ਨਾਲ ਕਈ ਪੁਲਿਸ ਟੀਮਾਂ ਵੀ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਤੇ ਕਤਲ ਦੀ ਜਾਂਚ ਵਾਸਤੇ ਇੱਕ ਸੈਟ ਦਾ ਵੀ ਉਹਨਾਂ ਨੇ ਦੱਸਿਆ ਕਿ ਗਠਨ ਕਰ ਦਿੱਤਾ ਗਿਆ ਹੈ ਪੁਲਿਸ ਨੇ ਕਤਲ ਕਰਕੇ ਫਰਾਰ ਹੋਣ ਵਾਲੇ ਦੋ ਲੋਕਾਂ ਦੀ ਸੀਸੀਟੀਵੀ ਤਸਵੀਰ ਵੀ ਜਾਰੀ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਕਾਤਲਾਂ ਨੇ ਪੂਰੀ ਰੇਕੀ ਕੀਤੀ ਹੋਈ ਸੀ ਉਹਦੇ ਤੋਂ ਬਾਅਦ ਇਸ ਕਤਲ ਕਾਂਡ ਨੂੰ ਅੰਜਾਮ ਦਿੱਤਾ ਕਿਉਂਕਿ ਜਿਸ ਵਕਤ ਕਾਰ ਸੇਵਾ ਵਾਲੇ ਮੁਖੀ ਬਾਬਾ ترسےم ਸਿੰਘ ਨੂੰ ਗੋਲੀਆਂ ਮਾਰੀਆਂ ਗਈਆਂ ਉਹ ਸਵੇਰ ਦੀ ਸੈਰ ਕਰ ਰਹੇ ਸੀ ਭਾਵ ਕਾਤਲਾ ਨੂੰ ਇਸ ਗੱਲ ਦਾ ਮੁਕੰਮਲ ਪਤਾ ਸੀ ਕਿ ਕਿੰਨੇ ਵਜੇ ਸੈਰ ਕਰਦੇ ਆ ਤੇ ਕਿੰਨੇ ਵਜੇ ਕੀ ਕਰਦੇ ਆ ਸਵੇਰ ਦੀ ਵਜਾ ਹੋਣ ਕਰਕੇ ਉਹਨਾਂ ਨੇ ਇਹ ਮੌਕਾ ਚੁਣਿਆ ਕਿ ਉਸ ਵਕਤ ਚਹਲ ਪਹਲ ਘੱਟ ਹੁੰਦੀ ਹੈ ਹੁਣ ਅਗਲਾ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹਨਾਂ ਨੂੰ ਕੋਈ ਧਮਕੀਆਂ ਮਿਲ ਰਹੀਆਂ ਸੀ ਪੁਲਸ ਨੇ ਇਸ ਵਾਸਤੇ ਡੇਰੇ ਨਾਲ ਜੁੜੇ ਉਹਨਾਂ ਦੇ ਸਾਥੀਆਂ ਤੇ ਪਰਿਵਾਰ ਤੋਂ ਵੀ ਪੁੱਛਗਿੱਛ ਕੀਤੀ ਹੈ ਪਰ ਹੁਣ ਤੱਕ ਮਿਲ ਰਹੀ ਜਾਣਕਾਰੀ ਦੇ ਅਨੁਸਾਰ ਬਾਬਾ ترسےم ਸਿੰਘ ਨੇ ਫਰਵਰੀ ਮਹੀਨੇ ਇੱਕ ਪੋਸਟ ਪਾ ਕੇ ਇਹ ਜਾਣਕਾਰੀ ਜ਼ਰੂਰ ਦਿੱਤੀ ਸੀ ਕਿ ਕੁਝ ਲੋਕ ਉਹਨਾਂ ਵੱਲੋਂ ਨਿਭਾਈ ਜਾਣ ਵਾਲੀ ਸੇਵਾ ਤੋਂ ਖੁਸ਼ ਨਹੀਂ ਉਹ ਵਾਰ-ਵਾਰ ਉਹਨਾਂ ਨੂੰ ਧਮਕਾ ਰਹੇ ਨੇ ਪੁਲਸ ਮੰਨ ਕੇ ਚੱਲ ਰਹੀ ਹੈ ਕਿ ਸ਼ਾਇਦ ਇਸੇ ਵਜ੍ਹਾ ਦੇ ਕਾਰਨ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਹੋਵੇ ਜਾਂਚ ਜਾਰੀ ਹੈ ਤੇ ਹੁਣ ਖਬਰ ਪੰਜਾਬ ਦੇ ਵਿੱਚੋਂ ਹੈ ਫੇਰ ਕਿ ਰਿਸ਼ਤਿਆਂ 'ਚ ਕਿਵੇਂ ਪਾਣੀ ਪੈ ਚੁੱਕਿਆ ਖੂਨ 'ਚ ਕਿਵੇਂ ਪਾਣੀ ਪੈ ਚੁੱਕਿਆ ਜੀਰਾ ਦੇ ਨੇੜਲਾ ਪਿੰਡ ਹੈ ਬੱਲਾਂ ਵਾਲਾ ਉੱਥੋਂ ਦੇ ਨੇੜੇ ਇੱਕ ਪਿੰਡ ਪੈਂਦਾ ਕੀਮੇਵਾਲਾ ਕੀਮੇਵਾਲਾ ਤੋਂ ਇਹ ਦਿਲ ਦਹਿਲਾ ਦੇਣ ਵਾਲਾ ਮਾਮਲਾ ਪ੍ਰਕਾਸ਼ 'ਚ ਆਇਆ ਜਿਸ ਦੇ ਵਿੱਚ ਇੱਕ ਨਸ਼ੇੜੀ ਪੁੱਤ ਦੇ ਵੱਲੋਂ ਆਪਣੇ ਮਾਂ ਅਤੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਣਾ ਸੀ ਪਰ ਬਚਤ ਹੋ ਗਈ ਹੈ ਇਸ ਮੌਕੇ ਤੇ ਜਿੱਥੇ ਇਹਦਾ ਭਰਾ ਵਾਲ-ਵਾਲ ਬਚਿਆ ਉੱਥੇ ਮਾਂ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਦੱਸੀ ਜਾ ਰਹੀ ਹੈ ਉਹਨਾਂ ਨੂੰ ਸਿਵਲ ਹਸਪਤਾਲ ਜ਼ੀਰਾ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਸਿਵਲ ਹਸਪਤਾਲ ਜ਼ੀਰਾ ਦੇ ਵਿੱਚ ਇਸ ਵਾਰ ਤੇ ਜਦੋਂ ਜਾਣਕਾਰੀ ਲੈਣ ਵਾਸਤੇ ਟੀਮ ਪਹੁੰਚੀ ਤਾਂ ਉਹਨਾਂ ਨੇ ਦੱਸਿਆ ਕਿ ਉਹਦਾ ਭਰਾ ਏ ਜਿਹੜਾ ਉਹ ਨਸ਼ਿਆਂ ਦਾ ਆਦੀ ਹੈ ਤੇ ਅੱਜ ਉਹ ਕਿਸ ਦੀ ਬੰਦੂਕ ਲੈ ਕੇ ਆਇਆ ਉਹਨੇ ਮਾਂ ਦੇ ਉੱਪਰ ਸਿੱਧੇ ਫਾਇਰ ਖੋਲ ਦਿੱਤੇ ਇਸ ਵਾਰਦਾਤ ਦੇ ਵਿੱਚ ਜਿੱਥੇ ਉਹ ਕਹਿੰਦਾ ਮੈਂ ਤਾਂ ਬਚ ਗਿਆ ਉੱਥੇ ਉਹਨਾਂ ਦੀ ਮਾਂ ਦੇ ਕਈ ਸ਼ਰੇ ਲੱਗੇ ਆ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਆ ਉਹਨਾਂ ਨੂੰ ਪਹਿਲਾਂ ਸਿਵਲ ਹਸਪਤਾਲ ਜ਼ੀਰਾ ਦੇ ਵਿੱਚ ਇਲਾਜ ਵਾਸਤੇ ਪਹੁੰਚਾਇਆ ਗਿਆ ਸੀ ਤਾਂ ਕਿ ਉਹਨਾਂ ਦੀ ਜਾਨ ਬਚਾਈ ਜਾ ਸਕੇ ਉੱਥੇ ਪੁਲਿਸ ਪ੍ਰਸ਼ਾਸਨ ਪਹੁੰਚੀ ਤੇ ਉਹਨਾਂ ਨੇ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ ਅਤੇ ਸਿਵਲ ਹਸਪਤਾਲ ਜ਼ੀਰਾ ਦੇ ਵਿੱਚ ਤਾਇਨਾਤ ਡਾਕਟਰ ਨੇ ਦੱਸਿਆ ਕਿ ਉਹਨਾਂ ਕੋਲ ਇੱਕ ਔਰਤ ਮਰੀਜ਼ ਆਈ ਜਿਸ ਤੇ ਕਈ ਗਨ ਸ਼ਾਟ ਲੱਗੇ ਹੋਏ ਸੀ ਉਹਨਾਂ ਨੂੰ ਅਸੀਂ ਇੱਥੇ ਕਾਹਦੇ ਮੁੱਢਲੀ ਸਹਾਇਤਾ ਦਿੱਤੀ ਹੈ ਤੇ ਉਹਦੇ ਤੋਂ ਬਾਅਦ ਫਰੀਦਕੋਟ ਮੈਡੀਕਲ ਕਾਲਜ ਵਾਸਤੇ ਰੈਫਰ ਕਰ ਦਿੱਤਾ ਗਿਆ ਡਾਕਟਰ ਨੇ ਇਹ ਜ਼ਰੂਰ ਦੱਸਿਆ ਸੀ ਕਿ ਉਸ ਔਰਤ ਦੀ ਹਾਲਤ ਸੱਥਰ ਬਣੀ ਹੋਈ ਸੀ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ